ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਲੈਰੀਕਲ ਸਟਾਫ ਦੇ ਮੁਲਾਜ਼ਮਾਂ ਵੱਲੋਂ ਸਿੱਖਿਆ ਵਿਭਾਗ ਦੀ ਇੱਕ ਮਹਿਲਾ ਕਲਰਕ ਨੂੰ ਸਸਪੈਂਡ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਲਾਜ਼ਮਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਬਿਨਾਂ ਕਿਸੇ ਜਾਂਚ ਦੇ ਕਲਰਕ ਨੂੰ ਸਸਪੈਂਡ ਕਰਨ ਦੇ ਫੈਸਲੇ ਤੇ ਰੋਕ ਲਗਾਈ ਜਾਵੇ। ਵੱਖ-ਵੱਖ ਯੂਨੀਅਨ ਦੇ ਮੈਂਬਰਾਂ ਵੱਲੋਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਅੱਜ ਦਾ ਇਹ ਧਰਨਾ ਜਿਹੜਾ ਪੰਜਾਬ ਸਟੇਟ ਮਿਨਿਸਟਰੀਅਲ ਸਟਾਫ ਸਿੱਖਿਆ ਵਿਭਾਗ ਦੀ ਸਹਿਮਤੀ ਨਾਲ ਜ਼ਿਲ੍ਹਾ ਗੁਰਦਾਸਪੁਰ ਦੀ ਬਾਡੀ ਨਾਲ ਇਹ ਜਿਹੜਾ ਧਰਨਾ ਅੱਜ ਪ੍ਰੋਗਰਾਮ ਉਲੀਕਿਆ, ਇਹਦਾ ਮੇਨ ਮਕਸਦ ਹੈ ਵੀ ਜਿਹੜਾ ਵੀ ਪਿਛਲੇ ਦਿਨ ਘਟਨਾਕ੍ਰਮ ਵਾਪਰਿਆ, ਜਿਹੜਾ ਆਈਡੀਓ ਕਲਿੱਪ ਵਟਸਐਪ 'ਤੇ ਵਾਇਰਲ ਹੋਇਆ, ਉਹਦੇ ਸੰਬੰਧ 'ਚ ਜਿਹੜੇ ਤੇ ਸਾਡੇ ਦੇ ਕਰਮਚਾਰੀਆਂ 'ਤੇ ਦੋਸ਼ ਲਗਾਏ ਨੇ, ਉਹ ਦੋਸ਼ ਹਾਲੇ ਤੱਕ ਸਾਬਤ ਨਹੀਂ ਹੋਏ। ਬਿਨਾਂ ਦੋਸ਼ ਸਾਬਤ ਹੋਣ ਤੋਂ ਪਹਿਲਾਂ ਉਹਨੂੰ ਜਿਹੜਾ ਮੁਅੱਤਲ ਕੀਤਾ ਗਿਆ, ਉਹ ਅਸੀਂ ਕਹਿੰਦੇ ਹਾਂ ਵੀ ਉਹਦੇ 'ਤੇ ਤੁਰੰਤ ਰੋਕ ਲਗਾਈ ਜਾਏ। ਜੇਕਰ ਰੋਕ ਨਹੀਂ ਲਗਾਈ ਜਾਂਦੀ ਤਾਂ ਜਿਹੜੇ ਕਲਾਸ 4 ਨੇ ਰਿਸ਼ਵਤ ਨੂੰ ਦੇਣ ਲਈ ਹੁਲਾਰਾ ਮਾਰਿਆ, ਉਹਨੇ ਵੀ ਵਿੱਚੋਂ ਬਰਾਬਰ ਦੇ ਜਿਹੜਾ ਆ ਉਹ ਮੰਨਿਆ, ਉਹਨੂੰ ਵੀ ਤਤਕਾਲ ਸਮੇਂ ਦੇ ਉੱਤੋਂ ਜਿਹੜਾ ਉਹ ਮੁਅੱਤਲ ਕੀਤਾ ਜਾਏ। ਇਹਦੇ ਨਾਲ ਦੀ ਨਾਲ ਇੱਕ ਘਟਨਾ ਸਾਡੀ ਹੋਰ ਆ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਕਲਾਂ 'ਚ ਸਾਡਾ ਸਾਥੀ ਮਨੂ ਜੋਤੀ ਲੱਗਾ, ਉੱਥੇ ਇੱਕ ਮਹਿਲਾ ਅਧਿਆਪਕਾਂ ਨੇ ਰਾਸ਼ੀ ਸ਼ਹਿ ਦੇ ਉੱਤੇ ਪੋਲੀਟੀਕਲ ਬੰਦਿਆਂ ਦੀ ਸ਼ਹਿ ਦੇ ਉੱਤੇ ਉਹਦੇ 'ਤੇ ਜਿਹੜਾ ਆ ਉਹ ਸਕੂਲ ਦੇ ਵਿੱਚ ਹਮਲਾ ਕੀਤਾ, ਉਹਦੀ ਵੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਉਹਨੂੰ ਵੀ ਤਤਕਾਲ ਸਮੇਂ ਤੋਂ ਜਿਹੜਾ ਲੈਕਚਰਾਰ ਨੂੰ ਆ ਮੁਅੱਤਲ ਕੀਤਾ ਜਾਏ।